ਜਲੰਧਰ ਵਿੱਚ ਪੰਜਾਬ ਪੁਲਿਸ ਦੇ ਸਿਪਾਹੀਆਂ ਨੇ ਸ਼ਰੇਆਮ ਗੁੰਡਾਗਰਦੀ ਕਰਦਿਆਂ ਇੱਕ ਸਿੱਖ ਨੌਜਵਾਨ ਦੀ ਨਾਕੇ ਤੇ ਕੁੱਟਮਾਰ ਕੀਤੀ। ਪੁਲਿਸ ਨੇ ਖਾਕੀ ਦਾ ਰੋਪ ਜਮਾਉਂਦਿਆਂ ਕੁੱਟਮਾਰ ਤੋਂ ਬਾਅਦ ਪੀੜਿਤ ਤੇ ਝੂਠਾ ਪਰਚਾ ਦਰਜ ਕਰਨ ਦੀਆਂ ਵੀ ਧਮਕੀਆਂ ਦਿੱਤੀਆਂ। ਨਿਤ ਦਿਨ ਪੰਜਾਬ ਪੁਲਿਸ ਦੀ ਗੁੰਡਾਗਰਦੀਆਂ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਅਜਿਹਾ ਹੀ ਮਾਮਲਾ ਜਲੰਧਰ 'ਚ ਬੀਤੀ ਰਾਤ ਸਮੇਂ ਸਾਹਮਣੇ ਆਇਆ ਜਦੋਂ ਜੋਮੈਟੋ ਕੰਪਨੀ 'ਚ ਕੰਮ ਕਰਦਾ ਇੱਕ ਸਿੱਖ ਨੌਜਵਾਨ ਮੋਟਰਸਾਈਕਲ 'ਤੇ ਡਿਲੀਵਰੀ ਦੇਣ ਜਾ ਰਿਹਾ ਸੀ ਤਾਂ ਪੁਲਿਸ ਨਾਕੇ 'ਤੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ। ਪੀੜਿਤ ਨੌਜਵਾਨ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਉਸ ਦੀ ਕੁੱਟਮਾਰ ਕਰਕੇ ਉਸ 'ਤੇ ਵਰਦੀ ਪੜਨ ਦਾ ਝੂਠਾ ਪਰਚਾ ਪਾਉਣ ਦੀਆਂ ਧਮਕੀਆਂ ਵੀ ਦਿੱਤੀਆਂ। ਪੁਲਿਸ ਮੁਲਾਜ਼ਮ ਕੁਲਵਿੰਦਰ ਸਿੰਘ ਦਾ ਕਹਿਣਾ ਸੀ ਕਿ ਨੌਜਵਾਨ ਨੇ ਉਸ ਦੀ ਵਰਦੀ ਦਾ ਬਟਨ ਤੋੜ ਦਿੱਤਾ ਜਿਸ ਕਰਕੇ ਉਸ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ। ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇਹਨੇ ਸਾਨੂੰ ਕਿਹਾ ਵੀ ਹਾਂ ਰੋਕਦੇ ਹਾਂ। ਰੋਕਣ ਤੋਂ ਬਾਅਦ ਇਹਨੇ ਮੋਟਰਸਾਈਕਲ ਬਹੁਤ ਤੇਜ਼ ਭਜਾਇਆ ਅਤੇ ਸਾਡੇ ਮੁਲਾਜ਼ਮਾਂ ਨੇ ਇਹਨਾਂ ਨੂੰ ਰੋਕਿਆ ਅਤੇ ਇਹਨੇ ਰੋਕਣ ਤੋਂ ਬਾਅਦ ਸਾਡੇ ਨਾਲ ਜੋ ਬਦਸਲੂਕੀ ਕੀਤੀ ਨਹੀਂ, ਮੇਰਾ ਬਟਨ ਤੋੜਿਆ, ਸ਼ਰਟ ਖਿੱਚੀ ਅਤੇ ਇਹਨੇ ਸਾਡੇ SHO ਸਾਹਿਬ ਨੂੰ ਵੀ ਕਿਹਾ, ਕਹਿੰਦਾ ਆਪਣੇ SHO ਸਾਹਿਬ ਨੂੰ ਸੱਦੋ ਇੱਥੇ ਜਿਹੜਾ ਹੈਗਾ, ਅਤੇ ਇਹਨੇ ਸਾਡੇ ਨਾਲ ਬਹੁਤ ਬਦਸਲੂਕੀ ਕੀਤੀ ਹੈ। ਅਤੇ ਗੱਲ ਹੋਏਗੀ ਭਾਈ ਸਰ, ਇਹਨਾਂ ਨੂੰ ਬਸ ਆਪਾਂ ਨਾਕੇ 'ਤੇ ਰੋਕਿਆ, ਨਾਕੇ 'ਤੇ ਨਹੀਂ ਰੁਕੇ, ਇਹਨਾਂ ਨੇ ਮੋਟਰਸਾਈਕਲ ਤੇਜ਼ ਭਜਾਇਆ, ਸਾਡੇ ਮੁਲਾਜ਼ਮਾਂ ਨੇ ਮਜ਼ੀ ਰੋਕਿਆ। ਤੁਹਾਡੇ ਕਲਿੱਪ ਕਲੁੱਪ ਬਣੇ ਵੀ, ਕੋਈ ਵੀਡੀਓ ਬਣਾਈ ਵੀ ਤੁਸੀਂ? ਬਣੀ ਪਈ ਆ ਸਰ, ਮੀਡੀਆ ਵਾਲੇ ਕੋਲ ਮੁੰਡੇ ਇੱਥੇ ਆ ਗਏ ਮੌਕੇ 'ਤੇ, ਉਹਨੇ ਵੀਡੀਓ ਬਣਾਈ ਆ, ਤੁਸੀਂ ਮੇਰੇ 'ਤੇ ਕਲੇਮ ਲਗਾ ਰਹੇ ਆ ਵੀ ਮੈਂ ਗਾਲ ਕੱਢੀ ਆ। ਅਤੇ ਹੁਣ ਤੁਸੀਂ ਇਹ ਚਾਹੁੰਦੇ ਕੀ ਆ ਭਾਈ ਇਹ ਤੋਂ? ਮੈਂ ਚਾਹੁੰਦਾ ਵੀ ਇਹਨਾਂ ਨੂੰ ਸਰ ਇਹਨਾਂ ਵਾਸਤੇ ਕਾਰਵਾਈ ਕੀਤੀ ਜਾਵੇ, ਇੱਦਾਂ ਦਾ ਕੋਈ ਵੀ ਸਾਨੂੰ ਵਰਦੀ ਨੂੰ ਹੱਥ ਪਾ ਸਕਦਾ। ਆਹ ਦੇਖੋ ਮੇਰਾ ਬਟਨ ਤੋੜਿਆ, ਮੇਰੀ ਯੂਨੀਫਾਰਮ ਬਾਹਰ ਕੱਢੀ ਨੇ ਜੀ। ਜਲੰਧਰ ਤੋਂ ਪਰਮਜੀਤ ਸਿੰਘ ਦੀ ਰਿਪੋਰਟ।